साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। NRI सुखदेव सिंह बैलजियम ने लोड़वान अंगहीणां नूं दित्ते ट्राईसाइकल। लोड़वान दे चलण तों असमर्थ विद्यार्थियों का NRI सुखदेव सिंह दे वल्लों स्कूल विच पढ़न आउण वाले विद्यार्थियों नूं ट्राईसाइकल दित्ते। उहदे पिंड इक लोड़वंद नूं वी ट्राईसाइकल दे के उहनां दा सहारा बण के सामने आए हन। पिंड चित्रा दे सरकारी हाई स्कूल दे विच करवाए गए इक समागम दौरान उन्होंने ट्राईसाइकल स्कूल प्रिंसीपल अते पिंड दे वासियां दी मौजूदगी च विद्यार्थियों नूं सौंपे गए, जिन्हां दी स्कूल प्रिंसीपल अते विद्यार्थियों दे मापिआं ने सुखदेव सिंह दा धन्नवाद कीता। ये जी कोई तकरीबन पता लगा सी चार बच्चे हैंडीकैप ने, उन्होंने चार बच्चों ने साइकिल दिते गए हैं। किस तरह का मतलब लगता उपराला है क्या जो अजे आने वाले समय? देखो जी, सानू सारे परमात्मा ने रिष्ट पुष्ट बनाया होया। असीं चाहुंदे हां कि हर संसार के उत्ते सहारा भी रिष्ट पुष्ट हो गए, तो परमात्मा लो ये जो बच्चों इस तरह हैंडीकैप हो गए हैं, तो ये साडा सारे का फर्ज बनता रल मिल के कि असीं सारे इस तरह बच्चे सेवा की लगता है इन्होंने मतलब फायदा होगा जी? क्यों नहीं, क्यों नहीं, बहुत ज़्यादा। ਹੋਰਾਂ ਨੂੰ ਕੀ ਸੰਦੇਸ਼ ਤੁਹਾਡਾ ਆ ਗਿਆ? ਸਾਰਿਆਂ ਨੂੰ ਇਹੀ ਸੰਦੇਸ਼ ਹੁੰਦਾ ਕਿ ਆਪਣੀ ਦਸਵਾਂ ਦੀ ਕਿਰਤ ਕਮਾਈ 'ਚੋਂ ਆਪਣਾ ਦਸਵਾਂ ਦੇ ਜ਼ਰੂਰ ਕੱਢ ਕੇ ਇਹ ਜੇ ਗੁਰੂ ਦੀ ਗੋਲਕ ਕਰੀਬ ਦਾ ਮੂੰਹ ਗਰੀਬਾਂ ਤੱਕ ਪਹੁੰਚਾਇਆ। ਮੇਰਾ ਨਾਮ ਰਾਕੇਸ਼ ਗੱਬਰ ਹੈ ਜੀ, ਮੈਂ ਬਤੌਰ ਪ੍ਰਿੰਸੀਪਲ ਇੱਥੇ ਸ਼ੁਤਰਾਣਾ ਕੰਮ ਕਰ। ਮੈਂ ਸਰਦਾਰ ਸੁਖਦੇਵ ਸਿੰਘ ਜੀ ਦਾ ਬਹੁਤ ਬਹੁਤ ਆਭਾਰੀ ਹਾਂ ਜੀ। ਇਹਨਾਂ ਨੇ ਆਪਣੇ ਨਿੱਜੀ ਜਿਹੜੀ ਨੇਕ ਕਮਾਈ ਹੈ, ਕਿਸੇ ਹੋਰ ਸੰਸਥਾ ਦਾ ਕੋਈ ਇਹਨਾਂ ਦਾ ਰੋਲ ਨਹੀਂ, ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਇਹ ਸਮਾਜ ਕਲਿਆਣ ਦਾ ਕੰਮ ਕਰਦੇ ਪਏ ਨੇ, ਇਹਦੇ ਲਈ ਮੈਂ ਬਹੁਤ ਹੀ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦਾ ਕਿ ਅੱਜ ਇਹਨਾਂ ਨੇ ਇੱਥੇ ਚਰਨ ਪਾਏ ਨੇ। ਸਾਨੂੰ ਆਸ ਹੈ ਕਿ ਜਿਹੜਾ ਸਕੂਲ ਦਾ ਜਿਹੜਾ ਵਿਕਾਸ ਹੈ ਨਾ, ਉਹ ਇਕੱਲਾ ਸਰਕਾਰ 'ਤੇ ਆਪਾਂ ਛੱਡ ਦਈਏ ਤਾਂ ਨਹੀਂ ਹੋਏਗਾ ਜੀ। ਜਦੋਂ ਕਮਿਊਨਿਟੀ ਨੇ ਉਹਦੇ ਨਾਲ ਜੁੜੇਗੀ, ਜਦੋਂ ਕਮਿਊਨਿਟੀ ਦਾ ਉਹਦੇ ਸਹਿਯੋਗ ਹੋਏਗਾ, ਤਾਂ ਉਹਦੇ ਨਾਲ ਜਿਹੜਾ ਸਕੂਲ ਦਾ ਵਿਕਾਸ ਹੈ, ਬੱਚਿਆਂ ਦਾ ਵਿਕਾਸ ਹੈ, ਉਹ ਬਹੁਤ ਜ਼ਿਆਦਾ ਹੋਏਗਾ ਜੀ। ਅਤੇ ਮੈਂ ਇਹੀ ਆਸ ਕਰਾਂਗਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ ਅਤੇ ਕਮਿਊਨਿਟੀ ਨਾਲ ਅਸੀਂ ਜੁੜੇ ਰਵਾਂਗੇ। ਅੱਜ ਦਾ ਕੀ ਉਪਰਾਲਾ ਜਿਹੜਾ ਮੇਨ ਹੈਗਾ? ਅੱਜ ਦਾ ਜਿਹੜਾ ਉਪਰਾਲਾ ਸੀ ਜੀ, ਸਾਡੇ ਤਿੰਨ ਬੱਚੇ ਜਿਹੜੇ ਸੀਗੇ ਉਹ ਲੋਕੋਮੋਟਿਵ ਡਿਸੇਬਿਲਟੀ ਦੇ ਵਿੱਚ ਆਉਂਦੇ ਸੀਗੇ, ਤਾਂ ਇਹਨਾਂ ਨੇ ਸਾਡੇ ਤੋਂ ਲਿਸਟਾਂ ਲਈਆਂ ਸੀ, ਤਾਂ ਉਹ ਬੱਚਿਆਂ ਨੂੰ ਟ੍ਰਾਈਸਾਈਕਲ ਉਪਲਬਧ ਕਰਵਾਏ ਗਏ ਨੇ। ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਸ਼ੈੱਡ ਪਾਇਆ ਬੱਚਿਆਂ ਲਈ, ਔਰ ਇਹ ਕੰਮ ਦੇਖ ਕੇ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਨੇ ਕੰਟਰੀਬਿਊਸ਼ਨ ਦਿੱਤਾ, ਇਹ ਬਹੁਤ ਹੀ ਸਾਨੂੰ ਅੱਛਾ ਲੱਗਿਆ। ਔਰ ਇਹਦੇ ਵਿੱਚ ਅਸੀਂ ਇਹੀ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦਾ ਸਹਿਯੋਗ ਸਾਨੂੰ ਮਿਲਦਾ ਰਹੇਗਾ ਅਤੇ ਸਮਾਜ ਕਲਿਆਣ ਦੇ ਵਿੱਚ ਇਹ ਆਪਣਾ ਕੰਮ ਪਾਉਂਦੇ। ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦਾ ਸਹਿਯੋਗ ਮਿਲਦਾ ਸੀਗਾ, ਚਲੋ ਹੁਣ ਵੀ ਸਹਿਯੋਗ ਤਾਂ ਜ਼ਰੂਰੀ ਹੈ, ਟ੍ਰੈਫਿਕ ਬਹੁਤ ਹੁੰਦਾ, ਤਾਂ ਮੈਂ ਨਹੀਂ ਚਾਹਾਂਗਾ ਕਿ ਬੱਚੇ ਇਕੱਲੇ ਆਉਣ, ਕੋਈ ਨਾ ਕੋਈ ਜ਼ਰੂਰ ਵੱਡਾ ਉਹਦੇ ਨਾਲ ਹੋਵੇ ਤਾਂ ਜੋ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਪਟਨਾ ਤੋਂ ਸੁਪਾਲ ਗੱਤੀ ਰਿਪੋਰਟ।